ਸਤਿ ਸ਼੍ਰੀ ਅਕਾਲ ਫਰੈਂਡਸ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਯੂਟਿਊਬ ਚੈਨਲ ਪੰਜਾਬ ਜੀਓਵਿਟੀ ਜੋਬਸ ਚੈਨਲ 'ਤੇ। ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਕਿਉਂਕਿ ਅੱਜ ਮੈਂ ਤੁਹਾਡੇ ਲਈ ਨਵੀਆਂ ਰਿਕਰੂਟਮੈਂਟ ਲੈ ਕੇ ਆਈ ਹਾਂ ਜਿਹੜੀ ਪੰਜਾਬ ਦੇ ਵਿੱਚ ਆਊਟ ਹੋਈਆਂ ਆ। ਕਾਫੀ ਸਾਰੀ ਵੈਕੈਂਸੀਜ਼ ਹੈ, ਕੁਛ ਮੈਂ ਥੰਬਨੇਲ ਤੇ ਬਾਹਰ ਮੈਂਸ਼ਨ ਵੀ ਕਰ ਦਿੱਤੀਆਂ, ਅਤੇ ਉਸ ਤੋਂ ਇਲਾਵਾ ਜਿਹੜੀਆਂ ਪੋਸਟਾਂ ਵੀ ਆਪਾਂ ਇਸ ਵੀਡੀਓ ਵਿੱਚ ਡਿਸਕਸ ਕਰਾਂਗੇ, ਕਿੱਦਾਂ ਤੁਸੀਂ ਅਪਲਾਈ ਕਰਨਾ, ਇਲੀਜੀਬਿਲਟੀ ਕੀ ਕੀ ਇਹਨਾਂ ਨੇ ਮੰਗੀ ਹੋਈ ਹੈ। ਔਰ ਜੇਕਰ ਤੁਸੀਂ ਚੈਨਲ 'ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ, ਇਸੇ ਤਰ੍ਹਾਂ ਤੁਸੀਂ ਜਾਣਦੇ ਹੋ ਪੰਜਾਬ ਦੀ ਹਰ ਰਿਕਰੂਟਮੈਂਟ ਦੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ, ਚਾਹੇ ਉਹ ਪੰਜਾਬ ਦੀ ਪ੍ਰਾਈਵੇਟ ਜੋਬ ਹੋਵੇ, ਚਾਹੇ ਗਵਰਨਮੈਂਟ ਜੋਬ ਹੋਵੇ, ਚਾਹੇ ਕੰਟਰੈਕਚੁਅਲ ਬੇਸਿਸ ਜੋਬ ਹੋਣ, ਸਾਰੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ, ਇਹਦੇ ਨਾਲ ਤੁਹਾਨੂੰ ਫ੍ਰੀ ਵਿੱਚ ਨੋਟੀਫਿਕੇਸ਼ਨ ਆਉਂਦੇ ਰਹਿਣਗੇ ਜਦ ਵੀ ਮੈਂ ਤੁਹਾਡੇ ਲਈ ਕੋਈ ਨਵੀਂ ਜਾਣਕਾਰੀ ਲੈ ਕੇ ਆਵਾਂਗੀ। ਔਰ ਦੱਸਣਾ ਚਾਹਾਂਗੀ, ਆਲਰੇਡੀ ਪੰਜਾਬ ਦੇ ਵਿੱਚ ਕਾਫੀ ਸਾਰੀ ਰਿਕਰੂਟਮੈਂਟ ਆਊਟ ਹੋ ਚੁੱਕੀਆਂ ਹੈ, ਜਿੱਦਾਂ ਕਿ PPSC ਦੀ ਹੋਈਆਂ, ਦੋ ਨੋਟੀਫਿਕੇਸ਼ਨ ਤੁਹਾਨੂੰ ਪਤਾ ਅਲੱਗ ਅਲੱਗ ਆਏ ਹੋਏ ਆ, ਠੀਕ ਹੈ। PSSSB ਦੀ ਵੈਕੈਂਸੀਜ਼ ਆਈਆਂ, ਜੇਕਰ ਤੁਸੀਂ ਉਹ ਹਜੇ ਇਲੀਜੀਬਿਲਟੀ ਤੁਸੀਂ ਦੇਖਦੇ ਹੋਏ ਵੀ ਅਪਲਾਈ ਨਹੀਂ ਕੀਤਾ, ਕੋਈ ਪ੍ਰੋਬਲਮ ਆ ਰਹੀ ਹੈ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ, ਲੇਕਿਨ ਅਪਲਾਈ ਜ਼ਰੂਰ ਕਰ ਲਓ, ਕਾਫੀ ਘੱਟ ਸਮੇਂ ਉਹਦੇ ਵਿੱਚ ਰਹਿ ਗਿਆ ਤੁਹਾਡੇ ਲਈ ਅਪਲਾਈ ਕਰਨ ਲਈ। ਫਿਲਹਾਲ ਆਪਾਂ ਗੱਲ ਕਰਾਂਗੇ ਰਿਕਰੂਟਮੈਂਟ ਜਿਹੜੀ ਨਵੀਂ ਆਊਟ ਹੋਈ ਹੈ, ਇਹਦੇ ਵਿੱਚ ਜਿਹੜੇ ਪੋਸਟ ਆਈਆਂ ਆ, ਕਲਰਕ ਦੀ ਹੈ, ਕੈਸ਼ੀਅਰ ਦੀ ਹੈ, ਕਾਰਪੈਂਟਰ, ਟੀਚਰ, ਅਸਿਸਟੈਂਟ ਲਾਈਬ੍ਰੇਰੀਅਨ, ਚਾਈਲਡ ਸਾਈਕੋਲੋਜਿਸਟ ਦੀ ਹੈ, ਲਾਈਬ੍ਰੇਰੀਅਨ ਦੀ ਹੈ, ਅਸਿਸਟੈਂਟ ਦੀ ਹੈ, ਮਲਟੀ ਟਾਸਕਿੰਗ ਸਟਾਫ ਦੀ ਹੈ। 400 ਪੋਸਟਾਂ ਇੱਥੇ ਜਿਹੜੀਆਂ ਆਊਟ ਹੋਈਆਂ ਹੈ, ਠੀਕ ਹੈ। ਮਤਲਬ ਕਿ ਇੱਥੇ 10ਵੀਂ ਪਾਸ ਲਈ ਵੀ ਕਾਫੀ ਵਧੀਆ ਮੌਕਾ ਆ ਚੁੱਕਿਆ, 12ਵੀਂ ਪਾਸ ਲਈ, ਗ੍ਰੈਜੂਏਸ਼ਨ ਲਈ, ਡਿਪਲੋਮਾ, ਡਿਗਰੀ, ਸਾਰੇ ਲਈ ਅਲੱਗ ਅਲੱਗ ਵੈਕੈਂਸੀਜ਼ ਇਹਨਾਂ ਨੇ ਕੱਢੀਆਂ ਹੋਈਆਂ ਆ। ਉਸ ਤੋਂ ਬਾਅਦ ਪੈਰਾਮੈਡੀਕਲ ਸਟਾਫ, ਨਰਸਿਸ ਲਈ, ਇਹ ਤੁਹਾਨੂੰ ਪਤਾ ਹੈ ਜੀ ਇਹਨਾਂ ਵਿੱਚ ਨਰਸਿੰਗ ਡਿਗਰੀ ਮੰਗੀ ਆ, ਔਰ ਅਲੱਗ ਅਲੱਗ ਇਲੀਜੀਬਿਲਟੀ ਇਹਨਾਂ 'ਚ ਮੰਗੀ ਆ, ਕਿਸੇ 'ਚ ਨਰਸਿੰਗ ਮੰਗੀ ਆ, ਕਿਸੇ 'ਚ ਡਿਗਰੀ। ਇਹ ਵਾਲੀ ਪੋਸਟ ਵਾਸਤੇ ਤੁਸੀਂ ਨੋਟੀਫਿਕੇਸ਼ਨ ਜ਼ਰੂਰ ਇੱਕ ਵਾਰ ਪੜਿਓ, ਵੈਸੇ ਤਾਂ ਸਾਰੀ ਨੋਟੀਫਿਕੇਸ਼ਨ ਤੁਸੀਂ ਇੱਕ ਵਾਰ ਪੜਿਓ ਜ਼ਰੂਰ, ਠੀਕ ਹੈ, ਕਿੱਦਾਂ ਕਿੱਦਾਂ ਤੁਸੀਂ ਅਪਲਾਈ ਕਰਨਾ ਹੈ। ਟੋਟਲ ਪੋਸਟ ਆਊਟ ਹੋਈ ਹੈ 966, 18 ਤੋਂ 37 ਸਾਲ ਤੁਹਾਡੀ ਉਮਰ ਹੈ, ਪਲੱਸ ਰਿਲੈਕਸੇਸ਼ਨ ਜਿਹੜਾ ਤੁਹਾਨੂੰ ਦਿੱਤਾ ਜਾਊਗਾ ਐਜ਼ ਪਰ ਰੂਲਸ। ਇਹਦੇ ਲਈ ਤੁਸੀਂ ਜਿਹੜਾ ਆਫਲਾਈਨ ਅਪਲਾਈ ਕਰਨਾ ਹੈ, ਆਖਰੀ ਤਰੀਕ ਜਿਹੜੀ ਹੈਗੀ ਆ 18 ਫਰਵਰੀ 2020 ਆ। ਆਹ ਦੇਖੋ ਔਫੀਸ਼ੀਅਲ ਨੋਟੀਫਿਕੇਸ਼ਨ, ਇੱਥੇ ਕਲਿੱਕ ਕਰਕੇ ਇਹਨਾਂ ਨੇ ਫੋਰਮ ਦਿੱਤਾ, ਤੁਸੀਂ ਫਿਲ ਕਰਕੇ ਇਹਨਾਂ ਦੇ ਮੈਂਸ਼ਨ ਐਡਰੈਸ 'ਤੇ ਭੇਜਣਾ ਆ। ਜੋਬ ਦੀ ਜਿਹੜੀ ਲੋਕੇਸ਼ਨ ਤੁਹਾਡੀ ਮੋਹਾਲੀ ਰਹੇਗੀ, ਗਵਰਨਮੈਂਟ ਮੈਡੀਕਲ ਕਾਲਜ ਮੋਹਾਲੀ, ਤੁਸੀਂ ਤੁਹਾਡੀ ਜੋਬ ਲੋਕੇਸ਼ਨ ਰਹੇਗੀ, ਤੁਸੀਂ ਇਲੀਜੀਬਲ ਹੈ, ਜ਼ਰੂਰ ਅਪਲਾਈ ਕਰੋ। ਦੋਸਤਾਂ ਨਾਲ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਜ਼ਰੂਰ ਕਰੋ, ਠੀਕ ਹੈ। ਮਿਲਾਂਗੇ ਨੈਕਸਟ ਵੀਡੀਓ 'ਚ, ਥੈਂਕ ਯੂ, ਥੈਂਕਸ ਫੋਰ ਵਾਚਿੰਗ।